ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ NDP ਦੇ ਆਗੂ ਜਗਮੀਤ ਸਿੰਘ ਹੋਣਾ ਦੀ, ਜਿਨ੍ਹਾਂ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੋਣਾਂ ਸੰਬੰਧੀ ਇੱਕ ਚਿੱਠੀ ਲਿਖੀ ਆ, ਅਤੇ ਨਾਲ ਦੀ ਨਾਲ ਗੱਲ ਕਰਾਂਗੇ BC ਦੇ ਮੂਲ ਨਿਵਾਸੀ ਭਾਈਚਾਰੇ ਦੀ, ਜਿਨ੍ਹਾਂ ਨੇ ਇੱਕ ਹੋਰ ਲੋਕੇਸ਼ਨ ਤੋਂ ਪਿੰਜਰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਹੁਣ ਆਰੰਭੀ ਆ। BC ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਇੱਕ ਸਹੂਲਤ ਜਿਹੜੀ ਆ ਦਿੱਤੀ ਆ। UF ਦੇ ਗਵਰਨਰ ਨੂੰ ਸਰੀਰਕ ਛੇੜਖਾਨੀ ਦੇ ਦੋਸ਼ਾਂ ਦਾ ਸਾਹਮਣਾ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਧਾਰਾ 370 ਕਸ਼ਮੀਰ ਦੇ ਵਿੱਚ ਹਟਾਈ ਨੂੰ 2 ਸਾਲ ਹੋ ਗਏ ਆ। ਇਸ ਸਮੇਂ ਦੌਰਾਨ ਕਿੰਨੇ ਕੁ ਲੋਕਾਂ ਨੇ ਉੱਥੇ ਜਿਹੜੇ ਭਾਰਤੀ ਜੰਮੂ ਕਸ਼ਮੀਰ ਤੋਂ ਬਾਹਰ ਰਹਿੰਦੇ ਆ ਉਹਨਾਂ ਨੇ ਜ਼ਮੀਨ ਖਰੀਦੀ ਆ, ਉਹਦੀ ਗੱਲਬਾਤ ਕਰਾਂਗੇ। ਜਿਹੜੇ ਸਿੱਖੀ ਦੇ ਪ੍ਰਚਾਰਕ ਨੇ ਰਾਗੀ ਢਾਡੀ ਪਾਠੀ ਜੰਤਰ ਸਿੰਘ, ਉਹਨਾਂ ਦਾ ਕੌਮ ਪ੍ਰਤੀ ਕੀ ਗਿਲਾ ਆ, ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਪੰਜਾਬ ਦੇ ਵਿੱਚ ਆ ਉਹਦੇ ਖੰਭ ਕਿਵੇਂ ਕੁਤਰੇ ਗਏ ਆ। ਕੈਨੇਡਾ ਦੇ ਵਿੱਚ ਇਸ ਵਕਤ ਮੱਧਕਾਲੀ ਚੋਣਾਂ ਦੀ ਜਿਹੜੀ ਆ ਤਿਆਰੀ ਆ ਉਹ ਚੁੱਪ ਚਪੀਤੇ ਕੀਤੀ ਜਾ ਰਹੀ ਆ। ਆਮ ਲੋਕਾਂ ਨੂੰ ਜਿਹੜੇ ਸਿਆਸਤ ਦੇ ਵਿੱਚ ਦਿਲਚਸਪੀ ਰੱਖਦੇ ਆ, ਪਾਰਟੀਆਂ ਨੂੰ ਪਤਾ ਆ ਕਿ ਮੱਧਕਾਲੀ ਚੋਣਾਂ ਜਿਹੜੀਆਂ ਆ ਉਹ ਹੋ ਸਕਦੀਆਂ। ਕਿਆ ਸਰਾਈਆਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਆ ਕਿ ਅਗਸਤ ਦੇ ਵਿੱਚ ਕਿਸੇ ਵੀ ਵੇਲੇ, ਅੱਜ ਤੋਂ ਬਾਅਦ ਕਿਸੇ ਵੀ ਦਿਨ ਇਹਨਾਂ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ, ਅਤੇ ਸ਼ਾਇਦ ਸਤੰਬਰ ਮਹੀਨੇ ਕੈਨੇਡਾ ਦੇ ਵਿੱਚ ਮੱਧਕਾਲੀ ਚੋਣਾਂ ਜਿਹੜੀਆਂ ਆ ਹੋ ਜਾਣ। ਸੋ ਇਹ ਚੋਣਾਂ ਜਿਹੜੀਆਂ ਆ ਇਸ ਕਰਕੇ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਲਿਬਰਲ ਜਿਹੜੀ ਸਰਕਾਰ ਆ ਉਹ ਮੈਜੋਰਟੀ ਦੇ ਵਿੱਚ ਨਹੀਂ ਹੈਗੀ, ਅਤੇ ਉਹ ਚਾਹੁੰਦੇ ਆ ਕਿ ਸਾਡੀ ਹੁਣ ਮੈਜੋਰਟੀ ਸਰਕਾਰ ਜਿਹੜੀ ਆ ਬਣੇ ਤਾਂ ਕਿ ਅਸੀਂ ਖੁੱਲ੍ਹ ਕੇ ਜਿਹੜਾ ਆ ਆਪਣੇ ਏਜੰਡੇ ਨੂੰ ਅਗਾਂਹ ਵਧਾ ਸਕੀਏ। ਅਤੇ ਉਹਨਾਂ ਨੂੰ ਜਾਪਦਾ ਆ ਕਿ ਇਸ ਤੋਂ ਵਧੀਆ ਮੌਕਾ ਹੁਣ ਕੋਈ ਹੋਰ ਨਹੀਂ ਹੋ ਸਕਦਾ, ਜਦੋਂ ਲੋਕ ਜਿਹੜੇ ਆ ਉਹ ਟਰੂਡੋ ਸਰਕਾਰ ਤੋਂ ਕਾਫੀ ਖੁਸ਼ ਆ ਕਿ ਉਹਨਾਂ ਨੇ ਕਰੋਨਾ ਜਿਹੜੀ ਬਿਮਾਰੀ ਆ ਉਹਨੂੰ ਬੜੀ ਵਧੀਆ ਤਰੀਕੇ ਦੇ ਨਾਲ ਸਾਂਭਿਆ, ਲੋਕਾਂ ਦੀ ਪੈਸੇ ਧੇਲੇ ਦੇ ਨਾਲ ਮਦਦ ਬਹੁਤ ਕੀਤੀ ਆ, ਇਸ ਕਰਕੇ ਉਹ ਰਿਸਕ ਲੈਣਾ ਚਾਹੁੰਦੇ ਆ। ਅਤੇ ਹੁਣ ਤੱਕ ਦਾ ਰਿਕਾਰਡ ਵੀ ਇਹੀ ਰਿਹਾ ਕਿ ਜਿੱਥੇ ਜਿੱਥੇ ਵੀ ਮੱਧਕਾਲੀ ਚੋਣਾਂ ਜਿਹਨਾਂ ਸੂਬਿਆਂ ਦੇ ਵਿੱਚ ਵੀ ਕਰਾਈਆਂ ਗਈਆਂ ਉੱਥੇ ਜਿਹੜੀਆਂ ਸਰਕਾਰਾਂ ਫਿਰ ਉਸੇ ਪਾਰਟੀ ਦੀਆਂ, ਜਿਹੜੀ ਮੱਧ ਜਿਹੜੀ ਭਾਈਵਾਲੀ ਦੇ ਨਾਲ ਸਰਕਾਰ ਚਲਾ ਰਹੀ ਸੀਗੀ ਉਹ ਫਿਰ ਮੈਜੋਰਟੀ ਸਰਕਾਰ ਬਣਾਉਣ ਦੇ ਵਿੱਚ ਸਫਲ ਰਹੀਆਂ ਆ। ਸੋ ਇਸ ਦੌਰਾਨ NDP ਦੇ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਤਲਬ ਹੀ ਦੱਸਿਆ। ਉਹ ਕਹਿੰਦੇ ਵੀ ਆਪਣੇ ਮਤਲਬ ਦੇ ਵਾਸਤੇ ਚੋਣਾਂ ਜਿਹੜੀਆਂ ਕਰਾਉਣਾ ਇਹ ਸੈਲਫਿਸ਼ਨੈਸ ਹੈਗੀ ਆ, ਜਦੋਂ ਕਿ ਮੱਧਕਾਲੀ ਚੋਣਾਂ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ, ਖਾਸ ਕਰਕੇ ਉਦੋਂ ਕਿ ਜਦੋਂ ਹਜੇ ਖਰਚਾ ਬਹੁਤ ਹੋ ਚੁੱਕਾ, ਕੈਨੇਡਾ ਜਿਹੜਾ ਆ COVID-19 ਦੀ ਮਹਾਂਮਾਰੀ ਦੇ ਵਿੱਚੋਂ ਉੱਭਰ ਕੇ ਬਾਹਰ ਨਿਕਲ ਰਿਹਾ ਆ, ਹੋਰ ਬਹੁਤ ਪੈਸੇ ਦੀ ਲੋੜ ਆ। ਉਹ ਕਹਿੰਦੇ ਵੀ ਜਿਹੜੇ ਸਹੀ ਮੁੱਦੇ ਆ, ਚਾਹੇ ਵਾਤਾਵਰਨ ਦੀ ਗੱਲ ਆ, ਚਾਹੇ ਮੂਲ ਨਿਵਾਸੀਆਂ ਦੀ ਗੱਲ ਆ, ਜਾਂ ਹੋਰ ਮੁੱਦੇ ਆ, ਅਸੀਂ ਤਾਂ ਲਿਬਰਲ ਦੇ ਨਾਲ ਰਲ ਕੇ ਚੱਲਣ ਲਈ ਤਿਆਰ ਹਾਂ। ਅਸੀਂ ਟਰੂਡੋ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਪਾਰਲੀਮੈਂਟ ਦੁਬਾਰਾ ਜਿਹੜੀ ਆ ਕੰਮਕਾਜ ਦੇ ਵਾਸਤੇ ਖੋਲ੍ਹੋ, ਆਪਾਂ ਉੱਥੇ ਬਹਿਸਾਂ ਕਰਦੇ ਹਾਂ, ਬਿੱਲ ਪਾਸ ਕਰਦੇ ਹਾਂ, ਜਿਹੜੇ ਚੰਗੇ ਬਿੱਲ ਤੁਹਾਡੇ ਅਸੀਂ ਉਹਨਾਂ ਨੂੰ ਪਾਸ ਕਰਵਾਉਣ ਦੇ ਵਿੱਚ ਮਦਦ ਕਰਾਂਗੇ। ਅਤੇ ਇਹ ਇਲੈਕਸ਼ਨ ਕਰਵਾਉਣ ਦੀ ਗੱਲ ਵਿੱਚ ਕਿੱਥੋਂ ਆ ਗਈ, ਸਰਕਾਰ ਡਿੱਗਣ ਦੀ ਗੱਲ ਵਿੱਚ ਕਿੱਥੋਂ ਆ ਗਈ, ਤੁਸੀਂ ਖੁਦ ਹੀ ਸਰਕਾਰ ਜਿਹੜੀ ਸੁੱਟ ਕੇ ਉਹ ਜਿਹੜੇ ਕੈਨੇਡਾ ਦੇ ਟੈਕਸ ਭਰਨ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਬੋਝ ਪਾਉਣਾ ਚਾਹੁੰਦੇ ਆ। ਤੁਸੀਂ ਆਪਣੇ ਮਤਲਬ ਦੇ ਵਾਸਤੇ ਲਾਲਸਾ ਦੇ ਅਧੀਨ ਸਿਰਫ ਬਹੁਤ ਸਹਿਮਤੀ ਹਾਸਲ ਕਰਨ ਦੇ ਵਾਸਤੇ ਚੋਣਾਂ ਕਰਾਉਣੀਆਂ ਚਾਹੁੰਦੇ ਹਾਂ, ਜਦੋਂ ਕਿ ਕੈਨੇਡੀਅਨ ਲੋਕ ਜਿਹੜੇ ਉਹਨਾਂ ਦਾ ਬਿਲਕੁਲ ਮੂਡ ਨਹੀਂ ਹੈਗਾ ਕਿ ਉਹ ਚੋਣਾਂ ਕਰਾਉਣ ਦੇ ਹੱਕ ਦੇ ਵਿੱਚ ਹੈ ਜੀ। ਸੋ ਇਹ ਇੱਕ ਤਰ੍ਹਾਂ ਦੀ ਨਾਲ ਵੰਗਾਰ ਜਿਹੜੀ ਆ ਜਗਮੀਤ ਸਿੰਘ ਵੱਲੋਂ ਟਰੂਡੋ ਨੂੰ ਪਾਈ ਗਈ ਆ, ਪਰ ਜਿਵੇਂ ਲੱਗਦਾ ਹੀ ਆ ਕਿ ਪਾਰਟੀਆਂ ਜਿਹੜੀਆਂ ਨੂੰ ਸਾਰੀਆਂ ਨੂੰ ਅੰਦਰੋਂ ਤਾਂ ਪਤਾ ਆ ਕਿ ਚੋਣਾਂ ਜਿਹੜੀਆਂ ਕਰਵਾਉਣ ਲਈ ਤਹੀਆ ਕੀਤਾ ਜਾ ਚੁੱਕਾ ਆ। ਬਕਾਇਦਾ ਇਲੈਕਸ਼ਨਸ ਕੈਨੇਡਾ ਵੱਲੋਂ ਵੀ ਸੰਕੇਤ ਦਿੱਤੇ ਗਏ ਆ ਕਿ ਉਹ ਚੋਣਾਂ ਕਰਵਾਉਣ ਦੇ ਵਾਸਤੇ ਤਿਆਰ ਆ। ਜੇ ਸਰਕਾਰ ਵੱਲੋਂ ਅਜਿਹੀ ਕੋਈ ਗੱਲ ਆਉਂਦੀ ਆ ਕਿ 19 ਤਰੀਕ ਨੂੰ ਚੋਣਾਂ ਜਿਹੜੀਆਂ ਕਰਵਾਈਆਂ ਜਾਣ, ਤਾਂ ਇਲੈਕਸ਼ਨਸ ਕੈਨੇਡਾ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਉਹ COVID-19 ਦੇ ਦੌਰਾਨ ਚੋਣਾਂ ਨਾ ਕਰਵਾ ਸਕਣ। ਸੋ ਕੈਨੇਡਾ ਦੇ ਵਿੱਚ ਮੱਧਕਾਲੀ ਚੋਣਾਂ ਕਿਸੇ ਵੀ ਵੇਲੇ ਸੰਭਵ ਨੇ। ਜ਼ਿਆਦਾ ਜਿਹੜੀਆਂ ਅੰਦਾਜ਼ੇ ਇਸ ਗੱਲ ਦੇ ਨੇ ਕਿ ਸਤੰਬਰ ਦੇ ਅਖੀਰ ਤੱਕ ਜਿਹੜੀਆਂ ਚੋਣਾਂ ਹੋ ਸਕਦੀਆਂ ਜੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਮੂਲ ਨਿਵਾਸੀ ਬੱਚਿਆਂ ਦੀਆਂ ਕਬਰਾਂ ਜਿਹੜੀਆਂ ਉਹਨਾਂ ਦੇ ਪਿੰਜਰ ਲੱਭੇ ਹੈਗੇ ਆ। ਹੁਣ 3 ਜਿਹੜੀਆਂ ਫਸਟ ਨੇਸ਼ਨਜ਼ ਨੇ BC ਦੀਆਂ, ਜਿਨ੍ਹਾਂ ਵਿੱਚ ਸੈਮੀਆਮੂ, ਮੋਸਕੀਅਮ ਅਤੇ ਟਸਲੈਲੀ ਵੋਥਸ ਨੇਸ਼ਨਸ ਜਿਹੜੀਆਂ ਹੈਗੀਆਂ, ਇਹਨਾਂ ਨੇ ਅੱਜ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਉਹਦੇ ਵਿੱਚ ਦੱਸਿਆ ਕਿ ਅਸੀਂ ਜਿਹੜਾ ਨੌਰਥ ਵੈਨਕੂਵਰ ਦੇ ਵਿੱਚ ਸੇਂਟ ਪੌਲ ਸਕੂਲ ਸੀਗਾ, ਰੈਜੀਡੈਂਸ਼ੀਅਲ ਸਕੂਲ ਸੀਗਾ, ਜਿੱਥੇ ਕਿ ਕਿਸੇ ਵੇਲੇ 2000 ਦੇ ਕਰੀਬ ਬੱਚੇ ਪੜ੍ਹਦੇ ਰਹੇ ਆ। ਇਹ ਸਕੂਲ ਜਿਹੜਾ ਕਿ 1899 ਤੋਂ ਲੈ ਕੇ 1958 ਤੱਕ ਚੱਲਿਆ, ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੇ ਬੱਚੇ ਜਿਹੜੇ ਕੈਮਲੂਪਸ ਰੈਜੀਡੈਂਸ਼ੀਅਲ ਸਕੂਲ ਦੇ ਵਿੱਚ ਵੀ ਲਿਜਾਏ ਗਏ ਆ, ਜਿੱਥੇ ਕਿ ਪਹਿਲਾਂ ਆਪਾਂ ਜਾਣਦੇ ਹਾਂ ਕਿ 215 ਦੇ ਕਰੀਬ ਪਿੰਜਰ ਲੱਭੇ ਸੀਗੇ। ਉਹ ਕਹਿੰਦੇ ਵੀ ਸਾਨੂੰ ਸ਼ੱਕ ਆ ਕਿ ਇੱਥੇ ਵੀ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਘਾਣ ਹੋਇਆ ਆ। ਦਸਤਾਵੇਜ਼ੀ ਤੌਰ ਦੇ ਉੱਤੇ ਜੇ ਗੱਲ ਕਰੀਏ ਤਾਂ ਉਹ ਕਹਿੰਦੇ ਵੀ 12 ਜਿਹੜੀਆਂ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਆ ਪਿੰਜਰ ਆ 1904 ਤੋਂ ਲੈ ਕੇ 1913 ਤੱਕ ਲੱਭੇ ਸੀਗੇ, ਪਰ ਸਕੂਲ ਇਸ ਤੋਂ ਪਹਿਲਾਂ ਵੀ ਚੱਲਦਾ ਰਿਹਾ, ਇਸ ਤੋਂ ਬਾਅਦ ਦੇ ਵਿੱਚ ਵੀ ਚੱਲਦਾ ਰਿਹਾ। ਇਸ ਕਰਕੇ ਅਸੀਂ ਹੁਣ ਪੂਰੀ ਇਨਵੈਸਟੀਗੇਸ਼ਨ ਕਰਕੇ ਜਾਣਨਾ ਚਾਹੁੰਦੇ ਹਾਂ ਕਿ ਹੋਰ ਕਿੰਨੇ ਬੱਚੇ ਜਿਹੜੇ ਇੱਥੇ ਰੈਜੀਡੈਂਸ਼ੀਅਲ ਸਕੂਲ ਦੀ ਪੇਂਟ ਚੜ੍ਹੇ ਆ ਜੀ। ਸੋ ਇਸ ਦੇ ਵਾਸਤੇ ਉਹ ਕਹਿੰਦੇ ਵੀ ਅਸੀਂ ਇੱਕ ਤਾਂ
ਸਰਕਾਰੀ ਅਧਿਕਾਰੀਆਂ ਦੇ ਨਾਲ, ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੇ ਨਾਲ ਅਤੇ ਨਾਲ ਦੇ ਨਾਲ ਕੈਥੋਲਿਕ ਚਰਚ ਦੇ ਅਧਿਕਾਰੀਆਂ ਦੇ ਨਾਲ ਅਸੀਂ ਮੁਲਾਕਾਤਾਂ ਕਰਾਂਗੇ। ਅਸੀਂ ਮੰਗ ਕਰਾਂਗੇ ਜਿਹੜਾ ਰਿਕਾਰਡ ਉਹਨਾਂ ਦੇ ਕੋਲ ਮੌਜੂਦ ਆ ਉਹ ਘੋਖਣ ਦੇ ਵਾਸਤੇ ਸਾਨੂੰ ਦਿੱਤਾ ਜਾਵੇ, ਤਾਂ ਕਿ ਅਸੀਂ ਵਿੱਚੋਂ ਲੱਭ ਸਕੀਏ ਕਿ ਹੋਰ ਕਿੰਨੇ ਬੱਚੇ ਜਿਹੜੇ ਆ ਇੱਥੇ ਮੌਜੂਦ ਆ, ਉਹਨਾਂ ਦੇ ਪਿੰਜਰ ਜਿਹੜੇ ਕਿ ਗੁਆਚੇ ਹੋਏ ਆ। ਇਸ ਦੇ ਨਾਲ ਹੀ ਉਹ ਆਧੁਨਿਕ ਤਰੀਕਿਆਂ ਦੇ ਨਾਲ ਰਡਾਰਸ ਵਗੈਰਾ ਦੇ ਨਾਲ ਜਿਹੜਾ ਆ ਧਰਤੀ ਨੂੰ ਵੀ ਜਾਂਚਣਾ ਚਾਹੁੰਦੇ ਆ। ਜਿਸ ਜਗ੍ਹਾ ਦੇ ਉੱਤੇ ਸੇਂਟ ਪੌਲ ਸਕੂਲ ਨੌਰਥ ਵੈਨਕੂਵਰ ਦੇ ਵਿੱਚ ਮੌਜੂਦ ਸੀਗਾ, ਉਹਦੇ ਆਲੇ ਦੁਆਲੇ ਦਾ ਇਲਾਕਾ ਜਿਹੜਾ ਆ ਉਹ ਇਹਨਾਂ ਯੰਤਰਾਂ ਦੇ ਨਾਲ ਖੋਜਿਆ ਜਾਊਗਾ, ਤਾਂ ਕਿ ਜੇ ਕੋਈ ਪਿੰਜਰ ਥੱਲੇ ਧਰਤੀ 'ਤੇ ਦੱਬਿਆ ਹੋਇਆ ਤਾਂ ਉਹਨੂੰ ਲੱਭਿਆ ਜਾ ਸਕੇ ਅਤੇ ਅਸਲੀ ਸੱਚ ਜਿਹੜਾ ਆ ਉਹ ਬਾਹਰ ਲਿਆਂਦਾ ਜਾ ਸਕੇ। BC ਦੇ ਵਿੱਚ ਇਸ ਦੇ ਨਾਲ ਹੀ ਸਰਕਾਰ ਵੱਲੋਂ ਇੱਕ ਹੋਰ ਐਲਾਨ ਜਿਹੜਾ ਕੀਤਾ ਗਿਆ ਉਹ ਇਹ ਆ ਕਿ 12 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਮੁਫਤ ਸਫ਼ਰ ਕਰਨ ਦੀ ਜਿਹੜੀ ਆ ਉਹ ਸਹੂਲਤ ਦਿੱਤੀ ਜਾਣੀ ਆ। ਇਹ ਸਹੂਲਤ 1 ਸਤੰਬਰ ਤੋਂ ਸ਼ੁਰੂ ਹੋ ਰਹੀ ਆ। ਬੱਚੇ ਜਿਨ੍ਹਾਂ ਦੀ ਕਿ ਉਮਰ 12 ਸਾਲ ਤੋਂ ਘੱਟ ਆ ਅਤੇ ਉਹ ਚਾਹੇ BC ਟ੍ਰਾਂਜ਼ਿਟ ਆ ਜਿਹੜੀ ਕਿ BC ਇੰਟੀਰੀਅਰ ਦੇ ਸ਼ਹਿਰਾਂ ਦੇ ਵਿੱਚ ਓਪਰੇਟ ਕਰਦੀ ਹੈ ਜਾਂ ਮੈਟਰੋ ਵੈਨਕੂਵਰ ਦੇ ਵਿੱਚ ਕੰਮ ਕਰਨ ਵਾਲੀ ਟ੍ਰਾਂਸਲਿੰਕ ਆ ਜਿਹਦੇ ਅਧੀਨ ਬੱਸਾਂ, ਸਕਾਈ ਟ੍ਰੇਨ, ਫੈਰੀਜ਼ ਵਗੈਰਾ ਚੱਲਦੀਆਂ ਆ, ਉਹਨਾਂ ਸਾਰੀਆਂ ਦੇ ਉੱਤੇ ਰੂਲ ਲਾਗੂ ਹੋਣਗੇ। ਕੋਈ ਵੀ ਬੱਚਾ ਜਿਹਦੀ ਉਮਰ 12 ਸਾਲ ਤੋਂ ਘੱਟ ਹੈਗੀ ਆ ਮੁਫਤ ਸਫ਼ਰ ਜਿਹੜਾ ਕਰ ਸਕੇਗਾ। ਸ਼ਰਤ ਇਹਦੇ ਵਿੱਚ ਇਹੀ ਆ ਕਿ ਉਹਦੇ ਨਾਲ ਕੋਈ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਬੱਚੇ ਦੇ ਜਿਹਨੇ ਕਿ ਟਿਕਟ ਖਰੀਦੀ ਹੋਵੇ, ਕੋਈ ਵੱਡਾ ਜਿਹੜਾ ਆ ਹੋਵੇ ਤਾਂ ਉਹਦੇ ਨਾਲ ਬੱਚਾ ਸਫ਼ਰ ਕਰ ਸਕਦਾ ਆ। ਸਰਕਾਰ ਕਹਿੰਦੀ ਹੈ ਵੀ ਤਕਰੀਬਨ 4.25 ਲੱਖ ਦੇ ਕਰੀਬ ਬੱਚਿਆਂ ਨੂੰ ਇਸ ਦੇ ਨਾਲ ਫਾਇਦਾ ਹੋਣਾ ਆ। ਜਿਹੜਾ ਮਕਸਦ ਦੱਸਿਆ ਗਿਆ ਇਸ ਜਿਹੜਾ ਐਲਾਨ ਦਾ ਉਹ ਇਹ ਦੱਸਿਆ ਗਿਆ ਕਿ ਗਲੋਬਲ ਵਾਰਮਿੰਗ ਜਿਵੇਂ ਕਿ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਬਹੁਤ ਵੱਧ ਰਹੀ ਆ, ਉਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਗੱਡੀਆਂ ਘੱਟ ਚੱਲਣ ਅਤੇ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਵਰਤੋਂ ਹੋਵੇ। ਇਸ ਕਰਕੇ ਕਹਿੰਦੇ ਬੱਚਿਆਂ ਨੂੰ, ਨਵਿਆਂ ਨੂੰ ਅਸੀਂ ਆਦਤ ਪਾਉਣੀ ਚਾਹੁੰਦੇ ਹਾਂ ਕਿ ਉਹ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਜਿਹੜੀ ਆ ਜ਼ਿਆਦਾ ਕਰਨ, ਬਜਾਏ ਕਿ ਆਪੋ ਆਪਣੀ ਗੱਡੀ ਦੇ ਵਿੱਚ ਜਿਹੜਾ ਜਾਵੇ। ਜਦੋਂ ਆਪੋ ਆਪਣੀ ਗੱਡੀ ਵਿੱਚ ਜਾਂਦੇ ਹਾਂ, ਅਕਸਰ ਦੇਖਿਆ ਜਾਂਦਾ ਕਿ ਨੌਰਥ ਅਮਰੀਕਾ ਦੇ ਵਿੱਚ ਇੱਕ ਬੰਦਾ ਇੱਕੋ ਗੱਡੀ ਚਲਾਉਂਦਾ, ਬਹੁਤ ਘੱਟ ਹੁੰਦਾ ਕਿ ਉਹਦੇ ਨਾਲ ਕੋਈ ਬਹਿੰਦਾ। ਸੋ ਉਹ ਜਿਹੜਾ ਪੋਲਿਊਸ਼ਨ ਹੋ ਰਿਹਾ ਉਹ ਇਸ ਤਰ੍ਹਾਂ ਘਟਾਇਆ ਜਾ ਸਕਦਾ ਜੇ ਕਾਰ ਪੂਲਿੰਗ ਹੋਵੇ ਜਾਂ ਮਤਲਬ ਕਿ ਲੋਕ ਪਬਲਿਕ ਟ੍ਰਾਂਸਪੋਰਟ ਜਿਹੜੀ ਹੈ ਜਨਤਕ ਬੱਸਾਂ ਜਾਂ ਹੋਰ ਜਿਹੜੀਆਂ ਗੱਡੀਆਂ ਆ ਉਹਨਾਂ ਦੀ ਵਰਤੋਂ ਕਰਨ। ਸੋ ਇਹ ਉਪਰਾਲਾ BC ਸਰਕਾਰ ਵੱਲੋਂ ਨਵੇਂ ਬੱਚਿਆਂ ਨੂੰ ਆਦਤ ਪਾਉਣ ਦੇ ਵਾਸਤੇ ਕਹਿੰਦੇ ਕੀਤਾ ਗਿਆ ਆ। ਗੱਲ ਜਿਹੜੀ ਦੇਖਣ ਵਾਲੀ ਉਹ ਇਹ ਆ ਕਿ ਯੂਰਪ ਦੇ ਵਿੱਚ ਆਲਰੇਡੀ ਇਹ ਜਿਹੜਾ ਸਿਸਟਮ ਚੱਲ ਰਿਹਾ ਪਬਲਿਕ ਟ੍ਰਾਂਸਪੋਰਟ ਬਹੁਤ ਆਮ ਗੱਲ ਆ, ਬੱਸਾਂ, ਸਕਾਈ ਟ੍ਰੇਨ, LRTs ਅਤੇ ਇਹ ਆਮ ਜਿਹੜੀ ਆ ਬਹੁਤ ਜਲਦੀ ਜਲਦੀ ਸਰਵਿਸ ਮਿਲਦੀ ਆ, ਬਹੁਤ ਘੱਟ ਲੋਕਾਂ ਨੂੰ ਗੱਡੀਆਂ ਦੀ ਲੋੜ ਪੈਂਦੀ ਆ ਆਪਣੀਆਂ ਦੀ। ਪਰ ਇੱਥੇ ਨੌਰਥ ਅਮਰੀਕਾ ਵਿੱਚ ਜੇ ਆਪਾਂ ਗੱਲ ਕਰੀਏ BC ਦੀ ਗੱਲ ਕਰੀਏ ਤਾਂ ਜਿਹੜਾ ਟ੍ਰਾਂਸਪੋਰਟ ਸਿਸਟਮ ਦਾ ਹਾਲ ਕੋਈ ਬਹੁਤਾ ਵਧੀਆ ਨਹੀਂ ਹੈਗੀਆਂ। ਉੱਥੇ ਬਹੁਤ ਲੰਮੀ ਉਡੀਕ ਕਰਨੀ ਪੈਂਦੀ ਆ, ਰਾਤ ਬਰਾਤੇ ਜਾਂ ਵੀਕਐਂਡ ਦੇ ਉੱਤੇ ਸਰਵਿਸ ਨਹੀਂ ਹੁੰਦੀ, ਇਸ ਕਰਕੇ ਮਜਬੂਰੀ ਵੱਸ ਲੋਕਾਂ ਨੂੰ ਜਿਹੜੀਆਂ ਗੱਡੀਆਂ ਆਪਣੀਆਂ ਰੱਖਣੀਆਂ ਪੈਂਦੀਆਂ। ਜੇ ਸਰਕਾਰ ਇਨਫਰਾਸਟ੍ਰਕਚਰ ਜਿਹੜਾ ਇੰਨਾ ਵਧੀਆ ਬਣਾ ਦੇਵੇ ਕਿ ਹਰ ਥਾਂ ਸਕਾਈ ਟ੍ਰੇਨ, ਬੱਸ ਜਿਹੜੀ ਆ ਉਹ ਜਾਵੇ, ਫੈਰੀਜ਼ ਜਾਣ, ਹਰੇਕ ਥਾਂ ਜਿਹੜੇ ਬੰਦੇ ਦੀ ਪਹੁੰਚ ਹੋਵੇ, ਤਾਂ ਜਿਹੜਾ ਗੱਡੀਆਂ ਰੱਖਣ ਦਾ ਰੁਝਾਨ ਆ ਉਹ ਘੱਟ ਸਕਦਾ ਆ। ਸੋ ਸਰਕਾਰ ਨੂੰ ਉੱਧਰ ਨੂੰ ਤੁਰਨਾ ਪੈਣਾ ਆ, ਚਾਹੇ ਅੱਜ ਤੁਰ ਪੈਣ ਚਾਹੇ 10 ਸਾਲ ਅੱਟ ਕੇ ਤੁਰ ਪੈਣ। ਜਿੰਨਾ ਚਿਰ ਪਬਲਿਕ ਟ੍ਰਾਂਸਪੋਰਟ ਜਿਹੜੀ ਆ ਅਵੇਲੇਬਲ ਨਹੀਂ ਹੁੰਦੀ, ਹਰੇਕ ਬੰਦੇ ਦੀ ਪਹੁੰਚ 'ਚ ਨਹੀਂ ਆ ਜਾਂਦੀ, ਜਲਦੀ ਜਲਦੀ ਸਰਵਿਸ 10-15 ਮਿੰਟ ਬਾਅਦ ਨਹੀਂ ਮਿਲਦੀ, ਉਨਾ ਚਿਰ ਲੋਕ ਜਿਹੜੇ ਗੱਡੀਆਂ ਨਹੀਂ ਤਿਆਗ ਸਕਦੇ, ਅਤੇ ਜੇ ਗੱਡੀਆਂ ਨਹੀਂ ਤਿਆਗ ਸਕਦੇ ਤਾਂ ਗਲੋਬਲ ਵਾਰਮਿੰਗ ਨੂੰ ਠੰਡ ਜਿਹੜੀ ਆ ਠੱਲ ਪਾਉਣੀ ਆ ਬਹੁਤ ਔਖੀ ਆ। ਸੋ ਸਰਕਾਰ ਨੂੰ ਸਭ ਤੋਂ ਪਹਿਲਾਂ ਇਹੀ ਕਰਨਾ ਪੈਣਾ ਕਿ ਜਲਦ ਤੋਂ ਜਲਦ ਜਿਹੜਾ ਬੱਸਾਂ ਦਾ, ਸਕਾਈ ਟ੍ਰੇਨ ਦਾ ਜਾਲ ਆ ਉਹ ਵਿਛਾਵੇ, ਉੱਧਰ ਪੈਸੇ ਖਰਚੇ, ਫਿਰ ਗੱਲ ਜਿਹੜੀ ਆ ਉਹ ਬਣਨੀ ਆ। ਤੁਹਾਨੂੰ ਲੈ ਕੇ ਚੱਲਦੇ ਹਾਂ ਅਮਰੀਕਾ, ਜਿੱਥੇ ਕਿ ਨਿਊਯਾਰਕ ਦੇ ਗਵਰਨਰ ਐਂਡਰੂ ਕਿਊਮੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆ। ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਵਿਵਾਦ ਚੱਲਿਆ ਆ ਰਿਹਾ ਸੀਗਾ, 11 ਦੇ ਕਰੀਬ ਔਰਤਾਂ ਜਿਹੜੀਆਂ ਅੱਗੇ ਆਈਆਂ ਉਹ ਕਹਿੰਦੀਆਂ ਵੀ ਅੱਡ ਸਮਿਆਂ ਦੇ ਉੱਤੇ ਜਦੋਂ ਅਸੀਂ ਗਵਰਨਰ ਦੇ ਦਫ਼ਤਰ ਵਿੱਚ ਕੰਮ ਕਰਦੀਆਂ ਸੀਗੀਆਂ ਅਤੇ ਸਾਡੇ ਨਾਲ ਸਰੀਰਕ ਛੇੜਛਾੜ ਜਿਹੜੀ ਆ ਗਵਰਨਰ ਐਂਡਰੂ ਕਿਊਮੋ ਵੱਲੋਂ ਜਿਹੜੀ ਆ ਕੀਤੀ ਗਈ ਹੈ ਜੀ। ਸੋ ਬੇਸ਼ੱਕ ਜਿਹੜੇ ਗਵਰਨਰ ਨੇ ਇਸ ਗੱਲ ਤੋਂ ਹਜੇ ਤੱਕ ਇਨਕਾਰ ਕਰਦੇ ਆ ਰਹੇ ਆ, ਉਹ ਕਹਿੰਦੇ ਵੀ ਜਿਹੜੇ ਦੋਸ਼ ਲਾਏ ਜਾ ਰਹੇ ਆ ਬਿਲਕੁਲ ਝੂਠੇ ਆ, ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ। ਪਰ 168 ਸਫ਼ਿਆਂ ਦੀ ਇੱਕ ਰਿਪੋਰਟ ਜਿਹੜੀ ਇਸ ਸੰਬੰਧੀ ਅਟੋਰਨੀਜ਼ ਨੇ ਤਿਆਰ ਕੀਤੀ, ਉਹਦੇ ਵਿੱਚ ਬਕਾਇਦਾ ਇੰਨੇ ਕੁ ਸਬੂਤ ਦੱਸੇ ਜਾ ਰਹੇ ਆ ਜਿਹੜੇ ਕਿ ਸ਼ਾਇਦ ਸਾਬਤ ਕਰ ਸਕਦੇ ਆ ਕਿ ਵਾਕਿਆ ਹੀ ਜਿਹੜੀਆਂ ਔਰਤਾਂ ਆ ਉਹਨਾਂ ਦੇ ਨਾਲ ਸਰੀਰਕ ਛੇੜਖਾਨੀ ਗਵਰਨਰ ਵੱਲੋਂ ਕੀਤੀ ਜਾਂਦੀ ਰਹੀ ਆ। ਕੁਝ ਔਰਤਾਂ ਨੇ ਤਾਂ ਮੀਡੀਆ ਦੇ ਵਿੱਚ ਆ ਕੇ ਬਾਹਰ ਇਸ ਗੱਲ ਦੀ ਜਿਹੜੀ ਆ ਪੁਸ਼ਟੀ ਕੀਤੀ ਆ, ਉਹਨਾਂ ਨੇ ਆਪਣੀ ਗੱਲ ਜਿਹੜੀ ਆ ਦੁਹਰਾਈ ਆ। ਸੋ ਪਬਲਿਕ ਦੇ ਵਿੱਚ ਆ ਕੇ ਉਹਨਾਂ ਨੇ ਦੋਸ਼ ਜਿਹੜੇ ਆ ਲਾਏ ਆ। ਹੁਣ ਅਮਰੀਕਾ ਦੇ ਵਿੱਚ ਗਵਰਨਰ ਦਾ ਜਿਹੜਾ ਅਹੁਦਾ ਆ ਬਹੁਤ ਵੱਡਾ ਹੁੰਦਾ ਆ, ਸੂਬੇ ਦਾ ਹੈੱਡ ਕਹਿ ਲਓ ਜਿਹੜਾ ਕਿ ਗਵਰਨਰ ਹੁੰਦਾ ਆ। ਸੋ ਉਹ ਇਸ ਕਰਕੇ ਜਿਹੜੇ ਗਵਰਨਰ ਨੇ ਨਿਊਯਾਰਕ ਸਟੇਟ ਦੇ, ਉਹਨਾਂ ਨੇ ਕਿਹਾ ਕਿ ਮੈਨੂੰ 14 ਦਿਨ ਲਈ ਮੋਹਲਤ ਦੇ ਦਿਓ, 14 ਦਿਨ ਬਾਅਦ ਜਿਹੜਾ ਮੈਂ ਆਪਣਾ ਅਹੁਦਾ, ਆਪਣਾ ਕੰਮ ਸਮੇਟ ਕੇ ਜਿਹੜਾ ਆ ਛੱਡ ਜਾਵਾਂਗਾ, ਮੈਂ ਅਸਤੀਫਾ ਦੇਣ ਦੇ ਵਾਸਤੇ ਇਸ ਵਾਸਤੇ ਤਿਆਰ ਹਾਂ।
मैं अपने बिहेवियर के वास्ते माफ़ी भी मंगदा हाँ, पर जिहड़े इल्ज़ाम मेरे उत्ते लाए गए इन्हां दे नाल मैं सहमत नहीं हैगा, क्योंकि इल्ज़ाम जिहड़े झूठे आ उह कहिंदे समां पा के तुहानूं पता लग जाणा आ भी इह इन्हां दा कोई बेस नहीं सी, इन्हां दा कोई आधार नहीं सीगा मेरा अक्स खराब करन दे वास्ते इल्ज़ाम लाए गए आ। पर दूजे पासे जिहड़ियां धिरां दे ने दोष लाए आ ਤਾਂ ਜਿਹੜੇ ਸਟੇਟ ਅਸੈਂਬਲੀ ਦੇ ਮੈਂਬਰ ਨੇ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਰਿਪੋਰਟ ਪੇਸ਼ ਕੀਤੀ ਆ ਜਾਂ ਪੜ੍ਹੀ ਆ, ਉਹ ਕਹਿੰਦੇ ਵੀ ਇੰਨੇ ਕੁ ਸਬੂਤ ਕਾਫੀ ਆ ਕਿ ਗਵਰਨਰ ਨੇ ਬਿਲਕੁਲ ਤੌਰ ਦੇ ਉੱਤੇ ਜਿਹੜਾ ਸਿਰਕ ਛੇੜਖਾਨੀ ਕੀਤੀ ਆ। ਹੋ ਸਕਦਾ ਕਿ ਗਵਰਨਰ ਨੂੰ ਖੁਦ ਅਹਿਸਾਸ ਇਹ ਹੈ ਨਹੀਂਗਾ ਕਿ ਉਹ ਕੀ ਕਰਦਾ ਰਹੇ ਆ ਜੀ। ਗੱਲ ਕਰੀਏ ਧਾਰਾ 370 ਦੀ, 2 ਸਾਲ ਪਹਿਲਾਂ 2019 ਦੀ ਅਗਸਤ ਮਹੀਨੇ ਧਾਰਾ 370 ਕਸ਼ਮੀਰ ਵਿੱਚ ਹਟਾਈ ਗਈ ਸੀਗੀ। ਉਦੋਂ ਜਿਹੜੇ ਸੰਘੀ ਆ ਭਾਜਪਾ ਵਾਲੇ ਇਹਨਾਂ ਨਾਲ ਇਹੀ ਸੀਗਾ ਕਿ ਧਾਰਾ 370 ਜਿਹੜੀ ਆ ਉਹ ਜੰਮੂ ਕਸ਼ਮੀਰ ਨੂੰ ਭਾਰਤ ਨਾਲੋਂ ਵੱਖ ਕਰਦੀ ਆ, ਜਦੋਂ ਕਿ ਭਾਰਤ ਦਾ ਸਟੈਂਡ ਇਹ ਆ ਕਿ ਜਿਹੜਾ ਜੰਮੂ ਕਸ਼ਮੀਰ ਆ ਸਾਡਾ ਅਨਿੱਖੜ ਵਾਂਗ ਹੈਗਾ। ਉਹ ਕਹਿੰਦੇ ਵੀ ਸਪੈਸ਼ਲ ਸਹੂਲਤਾਂ ਜਿਹੜੀਆਂ ਜੰਮੂ ਕਸ਼ਮੀਰ ਸੂਬੇ ਨੂੰ ਦਿੱਤੀਆਂ ਗਈਆਂ ਆ ਇਹਦੇ ਕਰਕੇ ਬਾਕੀ ਦੇ ਭਾਰਤੀ ਜਿਹੜੇ ਉਹ ਵਿਤਕਰੇ ਦੇ ਵਿੱਚ ਰਹਿੰਦੇ ਮਹਿਸੂਸ ਕਰ ਰਹੇ ਆ। ਸੋ ਧਾਰਾ 370 ਹਟਾਉਣ ਤੋਂ ਬਾਅਦ ਜਿਹੜੀਆਂ ਵੱਡੀਆਂ ਗੱਲਾਂ ਇਹ ਕੀਤੀਆਂ ਗਈਆਂ ਸੀਗੀਆਂ ਕਿ ਤਾਂ ਕਸ਼ਮੀਰੀ ਪੰਡਿਤ ਜਿਹੜੇ ਆ ਉਹ ਮੁੜ ਕੇ ਆਪਣੇ ਘਰਾਂ ਨੂੰ ਆਉਣ। ਸੋ ਆਪਾਂ ਗੱਲ 2-3 ਦਿਨ ਪਹਿਲਾਂ ਵੀ ਕੀਤੀ ਸੀਗੀ ਕਸ਼ਮੀਰੀ ਪੰਡਿਤ ਆਉਣ ਲਈ ਰਾਜ਼ੀ ਨਹੀਂ ਹੈਗੇ, ਉਹ ਆ ਨਹੀਂ ਰਹੇ ਹੈਗੇ। ਜਿਹੜੀ ਕੈਬਨਿਟ ਮੰਤਰੀ ਮੀਨਾਕਸ਼ੀ ਲੇਖੀ ਸੀ ਉਹਨਾਂ ਨੇ ਇਸ ਗੱਲ ਦੇ ਉੱਤੇ ਬਿਆਨ ਵੀ ਦਿੱਤਾ ਵੀ ਬੱਕਰੀ ਜਾਨੋ ਵੀ ਕਈ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ, ਅਸੀਂ ਇੰਨਾ ਕੁਝ ਕੀਤਾ ਅਤੇ ਕਸ਼ਮੀਰੀ ਪੰਡਿਤ ਮੁੜ ਕੇ ਨਹੀਂ ਆ ਰਹੇ। ਹੁਣ ਜਿਹੜੀ ਗੱਲ ਬਾਹਰ ਆਈ ਆ ਉਹ ਇਸ ਤੋਂ ਵੀ ਦਿਲਚਸਪ ਹੈਗੀ ਆ। ਸਰਕਾਰ ਦਾ ਇਹ ਕਹਿਣਾ ਸੀਗਾ, ਭਾਜਪਾ ਦਾ ਸੰਘੀਆਂ ਦਾ ਇਹ ਕਹਿਣਾ ਸੀਗਾ ਕਿ ਧਾਰਾ 370 ਖਤਮ ਹੋਣ ਦੀ ਦੇਰ ਆ, ਧੜਾਧੜ ਜਿਹੜੇ ਭਾਰਤੀ ਲੋਕ ਆ ਹੋਰ ਸੂਬਿਆਂ 'ਚ ਰਹਿਣ ਵਾਲੇ ਲੋਕ ਆ ਉਹ ਜੰਮੂ ਕਸ਼ਮੀਰ ਵਿੱਚ ਜ਼ਮੀਨਾਂ ਜਿਹੜੀਆਂ ਖਰੀਦਣਗੇ। ਹੁਣ ਜਿਹੜੇ ਗ੍ਰਹਿ ਰਾਜ ਮੰਤਰੀ ਨੇ ਨਿਤਿਆਨੰਦ ਰਾਏ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਸਵਾਲ ਕੀਤਾ ਗਿਆ ਲਿਖਤੀ ਤੌਰ ਦੇ ਉੱਤੇ ਵੀ ਪਿਛਲਿਆਂ 2 ਸਾਲਾਂ ਦੇ ਵਿੱਚ ਸਾਨੂੰ ਦੱਸੋ ਵੀ ਕਿੰਨੇ ਕੁ ਭਾਰਤੀਆਂ ਨੇ ਜਿਹੜੇ ਹੋਰ ਸੂਬਿਆਂ ਵਿੱਚ ਰਹਿੰਦੇ ਆ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨ ਖਰੀਦੀ ਆ। ਤਾਂ ਲਿਖਤੀ ਜਵਾਬ ਦਿੰਦਿਆਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਪਿਛਲਿਆਂ 2 ਸਾਲਾਂ ਦੇ ਵਿੱਚ ਹੁਣ ਤੱਕ ਸਿਰਫ 2 ਜਣਿਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨ ਖਰੀਦੀ ਆ। ਸੋ ਗੱਲ ਕੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਇਹੋ ਜਿਹੇ ਆ ਕਿ ਕੋਈ ਵੀ ਵਿਅਕਤੀ ਉੱਥੇ ਜਾ ਕੇ ਰਾਜ਼ੀ ਨਹੀਂ ਹੈਗਾ। ਬੇਸ਼ੱਕ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਕਿ ਉੱਥੇ ਸਭ ਕੁਝ ਠੀਕ ਆ, ਪਰ ਜਿੰਨਾ ਧੱਕਾ ਸਰਕਾਰ ਨੇ ਉੱਥੇ ਕੀਤਾ ਹੋਇਆ, ਜਿਸ ਤਰ੍ਹਾਂ ਕਰਫਿਊ ਲਾ ਕੇ ਲੋਕਾਂ ਦੇ ਮੂੰਹ ਬੰਦ ਕਰਕੇ ਲੋਕਾਂ ਦੀ ਆਜ਼ਾਦੀ ਦਾ ਡਾਕਾ ਮਾਰ ਕੇ ਉੱਥੇ ਧੱਕੇ ਨਾਲ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਨੂੰ ਚੰਗੀ ਭਲਾਈ ਉਹ ਲੋਕ ਸਮਝਦੇ ਆ ਜਿਹਨਾਂ ਨੇ ਆਪਣਾ ਉੱਥੇ ਰਹਿਣ ਬਸੇਰਾ ਬਣਾਉਣਾ ਹੁੰਦਾ ਜਾਂ ਕਾਰੋਬਾਰ ਬਣਾਉਣੇ ਹੁੰਦੇ ਆ ਕਿ ਹਾਲਾਤ ਕਿੰਨੇ ਕੁ ਸਾਜ਼ਗਾਰ ਨੇ। ਸੋ ਭਾਰਤ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਹੀਂ ਨਜ਼ਰ ਆ ਰਿਹਾ। ਬੀਤੇ 2 ਸਾਲਾਂ ਦੇ ਵਿੱਚ ਸਿਰਫ 2 ਜਣੇ ਅਜਿਹੇ ਨੇ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨ ਖਰੀਦੀ ਆ। ਹਾਂ, ਇਹ ਹੋ ਸਕਦਾ ਕਿ ਵੱਡੀਆਂ ਕਾਰਪੋਰੇਸ਼ਨਾਂ ਦੀ ਜਿਨ੍ਹਾਂ ਦੀ ਅੱਖ ਜੰਮੂ ਕਸ਼ਮੀਰ ਦੇ ਸੇਬਾਂ ਦੇ ਉੱਤੇ, ਉੱਥੇ ਦੇ ਡਰਾਈ ਫਰੂਟ ਦੇ ਉੱਤੇ ਜਾਂ ਉੱਥੋਂ ਦੀਆਂ ਖਾਣਾਂ ਦੇ ਉੱਤੇ, ਉੱਥੋਂ ਦੇ ਮਿਨਰਲ ਦੇ ਉੱਤੇ ਹੈਗੀ ਆ, ਉਹਨਾਂ ਨੇ ਵੱਡੀ ਪੱਧਰ ਦੇ ਉੱਤੇ ਜ਼ਮੀਨਾਂ ਜਿਹੜੀਆਂ ਖਰੀਦ ਲਈਆਂ ਹੋਣ। ਪਰ ਆਮ ਲੋਕ ਜਿਹੜੇ ਆ ਉਹ ਹੱਲੇ ਵੀ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਰਾਜ਼ੀ ਨੇ, ਅਤੇ ਸਰਕਾਰੀ ਰਿਕਾਰਡ ਜਿਹੜਾ ਆ ਉਹ ਖੁਦ ਇਸ ਗੱਲ ਦਾ ਸਬੂਤ ਆ ਕਿ ਸਿਰਫ 2 ਜਣਿਆਂ ਨੇ ਹਾਲੇ ਤੱਕ 2 ਸਾਲਾਂ ਦੇ ਵਿੱਚ ਉੱਥੇ ਜਾ ਕੇ ਜ਼ਮੀਨ ਖਰੀਦੀ ਆ। ਇਸ ਦੇ ਨਾਲ ਹੀ ਗੱਲ ਕਰਾਂਗੇ ਗ੍ਰੰਥੀ ਸਿੰਘਾਂ ਦੀ, ਪਾਠੀ ਸਿੰਘਾਂ ਦੀ, ਰਾਗੀਆਂ ਢਾਡੀਆਂ ਦੀ। ਕੁਝ ਰਾਗੀ ਢਾਡੀ ਜਿਹੜੇ ਪਾਠੀ ਸਿੰਘ ਨੇ ਪੰਜਾਬ ਤੋਂ, ਉਹਨਾਂ ਨੇ ਸਾਡੇ ਨਾਲ ਸੰਪਰਕ ਕਰਕੇ ਇਹ ਮੁੱਦਾ ਉਠਾਉਣ ਦੀ ਗੱਲ ਜਿਹੜੀ ਆ ਕੀਤੀ ਆ, ਜਿਹੜਾ ਕਿ ਬਿਲਕੁਲ ਜਾਇਜ਼ ਆ। ਉਹਨਾਂ ਦਾ ਕਹਿਣਾ ਆ ਕਿ ਸਾਨੂੰ ਕੌਮ ਵੱਲੋਂ ਬਣਦੇ ਹੱਕ ਜਿਹੜੇ ਆ ਨਹੀਂ ਦਿੱਤੇ ਜਾ ਰਹੇ। ਕਈਆਂ ਪਿੰਡਾਂ ਦੇ ਵਿੱਚ, ਕਈਆਂ ਸ਼ਹਿਰਾਂ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਤਨਖਾਹ ਜਿਹੜੀ ਆ ਉਹ ਇੰਨੀ ਘੱਟ ਆ ਕਿ ਉਹ ਜਾਂ ਤਾਂ ਰੋਟੀ ਪਾਣੀ ਛੱਕ ਸਕਦੇ ਆ ਅਤੇ ਜਾਂ ਆਪਣੇ ਬੱਚੇ ਪੜ੍ਹਾ ਸਕਦੇ ਆ। ਬਹੁਤ ਸਾਰੇ ਪਿੰਡ ਸ਼ਹਿਰ ਅਜਿਹੇ ਆ ਜਿੱਥੇ ਗ੍ਰੰਥੀ ਸਿੰਘਾਂ ਦੀ ਬਹੁਤ ਕਦਰ ਆ। ਪਿੰਡ ਵੱਲੋਂ ਜਿਹੜਾ ਆ ਅੰਨ ਦਾਣਾ ਫੱਕਾ ਜਿਹੜਾ ਉਹ ਵੀ ਦਿੱਤਾ ਜਾਂਦਾ ਗ੍ਰੰਥੀ ਸਿੰਘਾਂ ਨੂੰ, ਖਾਣ ਪੀਣ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ, ਅਤੇ ਨਾਲ ਦੀ ਨਾਲ ਇੰਨੇ ਕੁ ਪੈਸੇ ਵੀ ਇਕੱਠੇ ਕਰਕੇ ਦਿੱਤੇ ਜਾਂਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ, ਆਪਣੀ ਜ਼ਿੰਦਗੀ ਦਾ ਨਿਰਵਾਹ ਜਿਹੜਾ ਆ ਵਧੀਆ ਤਰੀਕੇ ਨਾਲ ਕਰ ਸਕਣ। ਪਰ ਬਹੁਤ ਸਾਰੇ ਰਾਗੀ ਢਾਡੀ ਪਾਠੀ ਜਿਹੜੇ ਆ ਉਹ ਇਹ ਇਤਰਾਜ਼ ਕਰ ਰਹੇ ਕਿ ਕਰੋਨਾ ਦੇ ਕਾਰਨ ਇੱਕ ਤਾਂ ਪ੍ਰੋਗਰਾਮ ਨਹੀਂ ਲੱਗੇ, ਬਾਅਦ ਇੱਥੇ ਕੀਰਤਨ ਕਰਨ ਜਾਂਦੇ ਸੀਗੇ ਜਾਂ ਉਹ ਢਾਡੀ ਵਾਰਾਂ ਪੇਸ਼ ਕਰਨ ਜਾਂਦੇ ਸੀਗੇ, ਉਸ ਕਰਕੇ ਜਿਹੜਾ ਆ ਘਾਟਾ ਬਹੁਤ ਪੈ ਗਿਆ। ਕੋਈ ਹੈਲਪ ਜਿਹੜੀ ਹੈ ਕਿਸੇ ਪਾਸਿਓਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੰਜਾਬ ਵਿਚਲੀਆਂ ਜਿਹੜੀਆਂ ਸਭਾ ਸੁਸਾਇਟੀਆਂ ਨੇ, ਸਿੱਖ ਜਥੇਬੰਦੀਆਂ ਨੇ, ਉਹਨਾਂ ਵੱਲੋਂ ਜਾਂ ਈਵਨ ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਜਿਹੜੀ ਆ ਨਹੀਂ ਹੋ ਸਕੀ। ਇਸ ਦੇ ਕਾਰਨ ਉਹ ਕਹਿੰਦੇ ਵੀ ਸਾਨੂੰ ਮਜਬੂਰੀ ਵੱਸ ਜਿਹੜਾ ਆ ਉਹ ਇਹ ਕਿੱਤਾ ਛੱਡਣ ਲਈ ਵੱਸ ਅਸੀਂ ਮਜਬੂਰ ਹੋ ਰਹੇ ਹਾਂ, ਸਾਨੂੰ ਕੁਛ ਹੋਰ ਕੰਮ ਕਰਨ ਦੇ ਵਾਸਤੇ ਮਜਬੂਰ ਹੋਣਾ ਪੈ ਰਿਹਾ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਢਿੱਡ ਪਾਲ ਸਕੀਏ। ਇੱਥੋਂ ਤੱਕ ਕਈਆਂ ਨੇ ਤਾਂ ਧਰਮ ਬਦਲਣ ਦੀ ਗੱਲ ਜਿਹੜੀ ਆ ਉਹ ਵੀ ਕੀਤੀ ਆ। ਸੋ ਇਹ ਇੱਕ ਕੌਮ ਦੇ ਵਾਸਤੇ ਬਹੁਤ ਵੱਡਾ ਚੈਲੰਜ ਆ ਕਿ ਜੇ ਕੌਮ ਦੇ ਮੁੱਢਲੇ ਪ੍ਰਚਾਰਕ
ਗ੍ਰਾਂਥੀ ਪਾਠੀ ਰਾਗੀ ਢਾਡੀ ਜਿਹੜੇ ਆ ਉਹ ਖੁਸ਼ ਨਹੀਂ ਹੈਗੇ, ਉਹ ਆਪਣਾ ਜਿਹੜਾ ਟੱਬਰ ਪਾਲਣ ਦੇ ਯੋਗ ਨਹੀਂ ਹੈਗੇ, ਤਾਂ ਕੱਲ੍ਹ ਨੂੰ ਕੌਣ ਇਹ ਜਿਹੜਾ ਸਾਰਾ ਕੁਝ ਸਾਂਭੂਗਾ? ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਰੋੜਾਂ ਰੁਪਈਏ ਖਰਚ ਕੇ ਇੱਕ ਤੋਂ ਵੱਧ ਕੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੀਆਂ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ, ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਆਲੀਸ਼ਾਨ ਗੁਰਦੁਆਰੇ ਜਿਹੜੇ ਆ ਉਹ ਬਾਹਰ ਲਿਆਉਣੇ ਪੈਸੇ ਭੇਜ ਕੇ ਜਾਂ ਉੱਥੇ ਇਕੱਠੇ ਕਰਕੇ ਬਣਾ ਦਿੱਤੇ ਆ। ਪਰ ਜਿਹੜੇ ਉਸ ਗੁਰੂ ਘਰ ਦੇ ਵਜ਼ੀਰ ਨੇ ਜਿਨ੍ਹਾਂ ਨੇ ਪਿੰਡ ਵਿੱਚ ਪ੍ਰਚਾਰ ਕਰਨਾ, ਮੁਹੱਲੇ 'ਚ ਪ੍ਰਚਾਰ ਕਰਨਾ, ਗਾਂਹ ਲੋਕਾਂ ਨੂੰ ਨਾਲ ਜੋੜਨਾ ਆ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਪੂਰੀਆਂ ਨਹੀਂ ਹੈਗੀਆਂ, ਉਹ ਆਪਣੇ ਜਿਹੜੇ ਟੱਬਰ ਪਾਲਣ ਦੇ ਵਾਸਤੇ ਮੁਹਤਾਜ ਹੋਏ ਫਿਰਦੇ ਆ। ਇੱਕ ਬਹੁਤ ਵੱਡਾ ਜਿਹੜਾ ਚੈਲੰਜ ਆ ਕਿ ਜੇਕਰ ਇਸ ਚੈਲੰਜ ਨੂੰ ਨਾ ਜਿਹੜਾ ਕਹਿ ਲਓ ਐਡਰੈਸ ਕੀਤਾ ਗਿਆ, ਇਹਨੂੰ ਨਾ ਸਾਂਭਿਆ ਗਿਆ, ਤਾਂ ਗਾਹਾਂ ਪਾਠੀਆਂ ਦੀ, ਕ੍ਰਾਂਤੀ ਸਿੰਘਾਂ ਦੀ, ਪ੍ਰਚਾਰਕਾਂ ਦੀ ਜਿਹੜੀ ਆ ਉਹ ਕਮੀ ਹੋ ਸਕਦੀ ਆ, ਕਿਉਂਕਿ ਉਹ ਵਾਰ ਵਾਰ ਕਹਿ ਰਹੇ ਆ ਕਿ ਸਾਡਾ ਗੁਜ਼ਾਰਾ ਜਿਹੜਾ ਆ ਉਹ ਨਹੀਂ ਹੋ ਰਿਹਾ ਜੀ। ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੀ। ਪੰਜਾਬ ਸਰਕਾਰ ਜਿਹੜੀ ਆ ਉਹਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਖੰਭ ਚੰਗੀ ਤਰ੍ਹਾਂ ਕੁਦਰ ਦਿੱਤੇ ਆ, ਤਾਂ ਕਿ ਜਿਹੜੀ ਜਾਣਕਾਰੀ ਲੋਕ ਜਿਹੜੀ ਲੈ ਲੈਂਦੇ ਸੀਗੇ ਸਰਕਾਰੀ ਤੌਰ ਦੇ ਉੱਤੇ, ਜਿਹਦੇ 'ਚੋਂ ਗਾਂ ਫਿਰ ਖਬਰਾਂ ਬਣ ਜਾਂਦੀਆਂ ਸੀਗੀਆਂ, ਘਪਲੇ ਨਿਕਲੇ ਆਉਂਦੇ ਸੀਗੇ, ਉਹ ਲੂਪ ਹੋਲ ਜਿਹੜੇ ਆ ਬੰਦ ਕੀਤੇ ਗਏ ਆ। ਬਕਾਇਦਾ ਪੰਜਾਬ ਸਰਕਾਰ ਨੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਜਿਹੜਾ ਹੈ ਜੀ ਸਰਕਾਰੀ ਫਾਈਲਾਂ ਵਿਚਲਾ ਸੱਚ ਜਿਹੜਾ ਆ ਉਹ ਦੱਬ ਲਿਆ ਆ। ਬਕਾਇਦਾ ਵਿਭਾਗ ਵੱਲੋਂ 9 ਅਗਸਤ ਨੂੰ ਇੱਕ ਜਾਰੀ ਪੱਤਰ ਜਿਹੜਾ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਨਿੱਜੀ ਸੂਚਨਾ ਦਾ ਦਾਇਰਾ ਜਿਹੜਾ ਆ ਉਹ ਸੀਮਿਤ ਕੀਤਾ ਗਿਆ ਆ, ਮਤਲਬ ਕਿ ਸੂਚਨਾ ਅਧਿਕਾਰ ਦੇ ਰਾਈਟ ਟੂ ਇਨਫੋਰਮੇਸ਼ਨ ਦੇ ਖੰਭ ਕੁਤਰ ਦਿੱਤੇ ਗਏ ਆ। ਇਹ ਚਿੱਠੀ ਜਿਹੜੀ ਹੈ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ, ਡਿਪਟੀ ਕਮਿਸ਼ਨਰਾਂ ਨੂੰ, ਡਿਵੀਜ਼ਨਲ ਕਮਿਸ਼ਨਰਾਂ ਨੂੰ, ਹਾਈ ਕੋਰਟ ਦੇ ਰਜਿਸਟਰਾਰ ਨੂੰ, SDMs ਨੂੰ ਜਿਹੜੀ ਹੈ ਭੇਜੀ ਗਈ ਆ ਕਿ ਜਦੋਂ ਕੋਈ ਸੂਚਨਾ ਮੰਗਦਾ ਕਿਸੇ ਅਧਿਕਾਰੀ ਬਾਰੇ ਜਾਂ ਕਿਸੇ ਵਿਭਾਗ ਬਾਰੇ, ਤਾਂ ਜਿਹੜੇ ਸਰਕਾਰ ਦੇ ਭੇਦ ਆ ਉਹ ਇਹਨਾਂ ਹਾਲਾਤ ਵਿੱਚ ਨਹੀਂ ਦਿੱਤੇ ਜਾ ਸਕਦੇ। ਮਸਲਨ ਜੇ ਕੋਈ ਪ੍ਰੋਫੈਸ਼ਨਲ ਹੈਗਾ, ਪੇਸ਼ੇਵਰ ਹੈਗਾ ਆ, ਉਹਦੇ ਸੰਬੰਧੀ ਰਿਕਾਰਡ ਜਿਹੜਾ ਆ, ਉਹਦੀ ਯੋਗਤਾ, ਉਹਦਾ ਮੈਡੀਕਲ ਰਿਕਾਰਡ, ਹਸਪਤਾਲਾਂ ਦੀ ਸੂਚੀ, ਪਰਿਵਾਰਕ ਮੈਂਬਰਾਂ ਦੀ ਜਾਣਕਾਰੀ, ਪਰਿਵਾਰਕ ਮੈਂਬਰਾਂ ਦੀ ਅਤੇ ਉਸ ਅਧਿਕਾਰੀ ਦੀ ਜਾਇਦਾਦ ਦਾ ਵੇਰਵਾ ਜਿਹੜਾ ਆ ਉਹ ਨਹੀਂ ਦਿੱਤਾ ਜਾ ਸਕਦਾ, ਇਹ ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਹਾਸਲ ਨਹੀਂ ਕੀਤਾ ਜਾਊਗਾ। ਇਸ ਦੇ ਨਾਲ ਹੀ ਸਾਲਾਨਾ ਗੁਪਤ ਰਿਪੋਰਟਾਂ, ਕਾਰਜਕਾਰੀ ਰਿਪੋਰਟਾਂ ਅਤੇ ਹੋਰ ਬਹੁਤ ਸਾਰੇ ਦਸਤਾਵੇਜ਼ ਜਿਹੜੇ ਪਹਿਲਾਂ ਰਾਈਟ ਟੂ ਇਨਫੋਰਮੇਸ਼ਨ ਐਕਟ ਅਧੀਨ ਕਢਾਏ ਜਾ ਸਕਦੇ ਸੀਗੇ ਉਹਨਾਂ ਦੇ ਉੱਤੇ ਪਾਬੰਦੀ ਜਿਹੜੀ ਆ ਲਾ ਦਿੱਤੀ ਗਈ ਆ। ਜਿਹੜੇ ਪੱਤਰਕਾਰ ਆ ਜਾਂ ਜਿਹੜੇ ਸਮਾਜ ਸੇਵੀ ਆ ਉਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਬਹੁਤ ਸਾਰਾ ਸਮਾਨ ਕਢਵਾ ਲੈਂਦੇ ਸੀਗੇ, ਜਿਹਦੇ ਵਿੱਚੋਂ ਸਰਕਾਰੀ ਅਤੇ ਜਿਹੜੇ ਦਫ਼ਤਰੀ ਜਿਹੜੇ ਘਪਲੇ ਆ ਉਹ ਬਾਹਰ ਆ ਜਾਂਦੇ ਸੀਗੇ ਕਿੱਥੇ ਕਿੱਡਾ ਵੱਡਾ ਘਪਲਾ ਜਿਹੜਾ ਹੋ ਰਿਹਾ ਆ। ਸੋ ਸਰਕਾਰ ਜਿਹੜੀ ਆ ਉਹ ਘਪਲੇ ਲੱਭਣ ਦਾ ਜਿਹੜਾ ਰਾਹ ਆ ਉਹੀ ਬੰਦ ਕਰਨ ਦੇ ਉੱਤੇ ਤੁਲ ਗਈ ਆ। ਰਾਈਟ ਟੂ ਇਨਫੋਰਮੇਸ਼ਨ ਦੇ ਜਿਹੜੇ ਖੰਭ ਆ ਬਿਲਕੁਲ ਕੁਦਰ ਦਿੱਤੇ ਗਏ ਆ, ਤਾਂ ਕਿ ਕੋਈ ਵੀ ਸਰਕਾਰੀ ਖਫੜਾ, ਕੋਈ ਵੀ ਸਰਕਾਰੀ ਚੋਰੀ ਜਿਹੜੀ ਆ ਉਹ ਬਾਹਰ ਨਾ ਆ ਸਕੇ ਅਤੇ ਲੋਕ ਜਿਹੜੇ ਆ ਰਾਈਟ ਟੂ ਇਨਫੋਰਮੇਸ਼ਨ ਐਕਟ ਦਾ ਫਾਇਦਾ ਨਾ ਲੈ ਸਕਣ। ਇਸ ਦੇ ਵਾਸਤੇ ਬਕਾਇਦਾ ਇੱਕ ਸੁਪਰੀਮ ਕੋਰਟ ਦੇ ਹੁਕਮ ਨੂੰ ਜਿਹੜਾ ਆਧਾਰ ਬਣਾਇਆ ਗਿਆ ਆ, ਅਤੇ ਸਰਕਾਰੀ ਤੌਰ ਦੇ ਉੱਤੇ ਜਿਹੜੀ ਇੱਕ ਗੱਲ ਜਿਹੜੀ ਆ ਕਿ ਲੋਕਾਂ ਕੋਲ ਅਧਿਕਾਰ ਸੀਗਾ ਕਿ ਉਹ ਜਾਣ ਸਕਦੇ ਸੀਗੇ ਕਿ ਬਈ ਇਨਫੋਰਮੇਸ਼ਨ ਟੂ ਐਕਟ ਦੇ ਚਿੱਠੀ ਪਾ ਦਿਓ, ਕੋਈ ਨਾ ਕੋਈ ਜਾਣਕਾਰੀ ਜਿਹੜੀ ਆ ਬਾਹਰ ਆ ਜਾਊਗੀ ਕਿ ਕਿੱਥੇ ਕੀ ਘਪਲਾ ਹੋਇਆ, ਉਹ ਸਮੁੱਚੇ ਤੌਰ ਦੇ ਉੱਤੇ ਰਾਹ ਬੰਦ ਕਰ ਦਿੱਤੇ ਗਏ ਆ। ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।